ਪੰਜਾਬ ਪੁਲਿਸ ਹੁਣ ਨਵੀਂ ਤਿਆਰੀ ਦੇ ਵਿੱਚ ਹੈ। ਹੁਣ ਥਾਣੇ ਦੇ ਵਿੱਚ ਭੰਗੜੇ ਪਵਾਉਣ ਦੀ ਤਿਆਰੀ ਚ ਪੰਜਾਬ ਪੁਲਿਸ। ਦੱਸਦੇ ਕਿ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲੈ ਲਿਆ ਗਿਆ। ਹੁਣ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ, ਸਾਫ ਆਦੇਸ਼ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਰਾਤ 10 ਵਜੇ ਤੋਂ ਬਾਅਦ ਰੈਸਟੋਰੈਂਟ ਦੇ ਵਿੱਚ ਡੀਜੇ ਨਹੀਂ ਵੱਜਣਗੇ। ਸਾਊਂਡ ਜੋ ਹੈ ਧੁਨੀ ਪ੍ਰਦੂਸ਼ਣ ਤੇ ਰੋਕ ਲਗਾਉਣ ਦੇ ਲਈ ਵੱਡਾ ਫੈਸਲਾ ਲਿਆ ਗਿਆ ਕਿ ਹੁਣ ਸਾਰਜਨਿਕ ਥਾਵਾਂ ਤੇ ਰਾਤ 10 ਵਜੇ ਤੋਂ ਬਾਅਦ ਡੀਜੇ ਨਹੀਂ ਵੱਜਣਗੇ, ਲਾਊਡ ਸਪੀਕਰ ਨਹੀਂ ਵੱਜਣਗੇ ਤੇ ਜੇਕਰ ਅਜਿਹਾ ਹੋਇਆ ਤਾਂ ਥਾਣੇ ਦੇ ਵਿੱਚ ਭੰਗੜਾ ਪਵਾਇਆ ਜਾਏਗਾ। ਪੰਜਾਬ ਪੁਲਿਸ ਦੇ ਵੱਲੋਂ ਇਹ ਵੱਡਾ ਜੋ ਨਿਰਣਾ ਲੈ ਲਿਆ ਗਿਆ। ਦੱਸਦੇ ਕਿ ਹੁਣ ਰਾਤ 11 ਵਜੇ ਤੋਂ ਬਾਅਦ ਰੈਸਟੋਰੈਂਟ, ਪੱਬ ਤੇ ਬਾਰ ਨਹੀਂ ਖੁੱਲਣਗੇ। ਜਲੰਧਰ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਅੱਧੀ ਰਾਤੀ ਡੀਜੇ ਵਜਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੋਏਗੀ। ਦੱਸਦੇ ਕਿ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹੌਰਨ ਵਜਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸਦੇ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਜਲੰਧਰ ਦੇ ਵਿੱਚ ਜਲੰਧਰ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ। ਜਿਸ ਤਰੀਕੇ ਦੇ ਨਾਲ ਰਾਤ ਨੂੰ ਜੋ ਸਾਰਵਜਨਿਕ ਥਾਵਾਂ ਅਤੇ ਗਲੀਆਂ ਦੇ ਵਿੱਚ ਸੜਕਾਂ 'ਤੇ ਹੌਰਨ ਮਾਰੇ ਜਾਂਦੇ ਸੀ, ਉਹਨਾਂ ਸਾਰਿਆਂ 'ਤੇ ਵੀ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ ਕਿ ਜੋ ਜਨਤਾ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ, ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਅਜਿਹੇ ਦੇ ਲਈ ਹੁਣ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ, ਵੱਡਾ ਐਕਸ਼ਨ ਲਿਆ ਗਿਆ ਅਤੇ ਨਾਲ ਦੀ ਨਾਲ ਇਹ ਵੀ ਹਦਾਇਤ ਜੋ ਹੈ ਵੀ ਆਦੇਸ਼ ਦੇ ਦਿੱਤਾ ਗਿਆ ਕਿ ਰਾਤ 11 ਵਜੇ ਤੋਂ ਬਾਅਦ ਕਿਸੇ ਵੀ ਰੈਸਟੋਰੈਂਟ ਦੇ ਵਿੱਚ, ਪੱਬ ਦੇ ਵਿੱਚ ਕੋਈ ਨਵਾਂ ਕਸਟਮਰ, ਨਵਾਂ ਗ੍ਰਾਹਕ ਐਂਟਰ ਨਹੀਂ ਹੋਣ ਦਿੱਤਾ ਜਾਏਗਾ ਕਿ ਜੋ ਪਹਿਲੇ ਗ੍ਰਾਹਕ ਨੇ ਉਹਨਾਂ ਨੂੰ ਹੀ ਡੀਲ ਕੀਤਾ ਜਾਏਗਾ ਅਤੇ 10 ਵਜੇ ਤੋਂ ਬਾਅਦ ਲਾਊਡ ਸਪੀਕਰ ਨਹੀਂ ਵੱਜਣਗੇ ਤਾਂ 12 ਵਜੇ ਤੱਕ ਪੂਰੇ ਜੋ ਰੈਸਟੋਰੈਂਟ ਨੇ ਪੂਰਨ ਤੌਰ 'ਤੇ ਉਹਨਾਂ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਕਿ ਰਾਤ 12 ਵਜੇ ਤੋਂ ਬਾਅਦ ਨਹੀਂ ਚਲਾਏ ਜਾਣਗੇ ਰੈਸਟੋਰੈਂਟ ਅਤੇ ਪੂਰਨ ਤੌਰ 'ਤੇ ਉਹਨਾਂ ਨੂੰ ਬੰਦ ਰੱਖਣ ਦੇ ਲਈ ਕਹਿ ਦਿੱਤਾ ਗਿਆ। ਦੱਸਦੇ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਥਾਂ ਥਾਂ ਤੋਂ ਦੇਰ ਰਾਤ ਗੁੰਡਾਗਰਦੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ, ਤਸਵੀਰਾਂ ਸਾਹਮਣੇ ਆਉਂਦੀਆਂ ਨੇ, ਕਦੀ ਕਿਸੇ ਰੈਸਟੋਰੈਂਟ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ, ਗੋਲੀਆਂ ਚੱਲ ਜਾਂਦੀਆਂ ਨੇ, ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਅਤੇ ਉਸ ਸਾਰੇ 'ਤੇ ਠੱਲ ਪਾਉਣ ਦੇ ਲਈ ਅਤੇ ਨਾਲ ਦੀ ਨਾਲ ਧੁਨੀ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਇਹ ਵੱਡਾ ਫੈਸਲਾ ਜੋ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ। ਦੱਸਦੇ ਕਿ ਦਿਨੋਂ ਦਿਨ ਜੋ ਅਪਰਾਧਕ ਗਤੀਵਿਧੀਆਂ ਉਹਨਾਂ 'ਤੇ ਉਹ ਵੀ ਵੱਧਦੀਆਂ ਜਾ ਰਹੀਆਂ ਨੇ, ਉਹਨਾਂ ਨੂੰ ਲਗਾਮ ਲਗਾਉਣ ਦੇ ਲਈ ਜਲੰਧਰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਖਤੀ ਦਿਖਾਈ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਹੁਣ ਦੇਰ ਰਾਤ ਕੋਈ ਵੀ ਪੱਬ, ਬਾਰ, ਰੈਸਟੋਰੈਂਟ ਜਾਂ ਹੋਟਲ ਨਹੀਂ ਖੁੱਲ੍ਹੇਗਾ। ਇਸ ਤੋਂ ਇਲਾਵਾ ਰਾਤ ਨੂੰ 10 ਵਜੇ ਤੋਂ ਬਾਅਦ ਕਿਤੇ ਵੀ ਆਰਕੈਸਟਰਾ ਜਾਂ ਡੀਜੇ 'ਤੇ ਡਾਂਸ ਨਹੀਂ ਹੋਏਗਾ, ਇਹ ਜੋ ਸਾਊਂਡ ਨਹੀਂ ਚੱਲਣਗੇ। ਇਸ ਤੋਂ ਇਲਾਵਾ ਪੁਲਿਸ ਥਾਣਿਆਂ ਦੇ ਵਿੱਚ ਭੰਗੜੇ ਪਵਾਏਗੀ, ਜੇਕਰ ਕੋਈ ਅਜਿਹਾ ਕਰੇਗਾ ਤਾਂ ਥਾਣਿਆਂ ਦੇ ਵਿੱਚ ਉਹਨਾਂ ਦੇ ਨਾਲ ਨਿਪਟਿਆ ਜਾਏਗਾ। ਦੱਸਦੇ ਕਿ ਧੁਨੀ ਪ੍ਰਦੂਸ਼ਣ ਦੀ ਰੋਕਥਾਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪੁਲਿਸ ਜਸਕਰਨਜੀਤ ਸਿੰਘ ਤੇਜਾ ਨੇ ਧਾਰਾ 144 ਦੇ ਤਹਿਤ ਆਦੇਸ਼ ਜਾਰੀ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਨੂੰ ਕਹਿ ਦਿੱਤਾ ਹੈ ਕਿ ਜਲੰਧਰ ਦੀ ਸੀਮਾ ਦੇ ਵਿੱਚ ਰਾਤ 10 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਰਿਹਾਇਸ਼ੀ ਖੇਤਰਾਂ ਦੇ ਵਿੱਚ ਹੌਰਨ ਵਜਾਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਜਾਏ। ਗਲੀਆਂ ਦੇ ਵਿੱਚ ਜੇਕਰ ਕੋਈ ਬੇਵਜ੍ਹਾ ਹੌਰਨ ਵਜਾਏਗਾ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਸੇ ਤਰ੍ਹਾਂ ਸਾਊਂਡ ਸਿਸਟਮ ਦੀ ਆਵਾਜ਼ 7.5 dB ਅਤੇ ਲਾਊਡ ਸਪੀਕਰਾਂ ਦੀ, ਪਟਾਖੇ ਅਤੇ ਹੋਰ ਜੋ ਰੌਲਾ ਪਾਉਣ ਵਾਲੇ ਯੰਤਰ ਨੇ ਉਹਨਾਂ ਦੀ ਆਵਾਜ਼ ਦੀ ਸੀਮਾ ਤੈਅ ਰੱਖਣ ਦੇ ਆਦੇਸ਼ ਦੇ ਦਿੱਤੇ ਨੇ। ਤੇਜਾ ਨੇ ਆਪਣੇ ਆਦੇਸ਼ਾਂ ਦੇ ਵਿੱਚ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਇਹਨਾਂ ਆਦੇਸ਼ਾਂ ਦੀ ਉਲੰਘਣਾ ਕਰੇਗਾ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਏਗੀ, ਤਾਂ ਉਸਦੇ ਨਾਲ ਹੀ ਉਸਦਾ ਜੋ ਸਾਰਾ ਸਮਾਨ ਹੈ ਉਸਨੂੰ ਵੀ ਜ਼ਬਤ ਕਰ ਲਿਆ ਜਾਏਗਾ। ਉਹਨਾਂ ਦਾ ਕਹਿਣਾ ਕਿ ਸੁਪਰੀਮ ਕੋਰਟ ਦੇ ਵੀ ਆਦੇਸ਼ ਨੇ ਕਿ ਸਾਰਵਜਨਿਕ ਥਾਵਾਂ ਦੇ ਨੇੜੇ ਜੋ ਪਟਾਖੇ ਨੇ, ਲਾਊਡ ਸਪੀਕਰ ਨੇ ਅਤੇ ਹੋਰ ਜੋ ਰੌਲਾ ਪਾਉਣ ਵਾਲੇ ਯੰਤਰ ਨੇ ਉਹਨਾਂ ਦੀ ਆਵਾਜ਼ 10 dB ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਦੇ ਮੁਤਾਬਕ 7.5 dB ਜਾਂ 10 ਦੇ ਵਿਚਕਾਰ ਜੋ ਆਵਾਜ਼ ਹੈ ਲਾਊਡ ਸਪੀਕਰਾਂ ਦੀ, ਪਟਾਕਿਆਂ ਦੀ ਹੋਣੀ ਚਾਹੀਦੀ ਹੈ, ਆਦੇਸ਼ ਦਿੱਤੇ ਗਏ ਨੇ। ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਮੁਤਾਬਕ ਕੋਈ ਵੀ ਵਿਅਕਤੀ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਦੇ ਵਿੱਚ ਢੋਲ ਜਾਂ ਕੋਈ ਹੋਰ ਜੋ ਬਾਜੇ ਹੁੰਦੇ ਨੇ, ਆਵਾਜ਼ ਪੈਦਾ ਕਰਨ ਵਾਲੇ ਕੋਈ ਵੀ ਯੰਤਰ ਨੇ, ਸਾਊਂਡ ਸਿਸਟਮ ਜੋ ਨੇ, ਨਹੀਂ ਵਜਾ ਸਕੇਗਾ। ਮੈਰਿਜ ਪੈਲਸਾਂ ਅਤੇ ਹੋਟਲਾਂ ਦੇ ਵਿੱਚ ਵੀ ਆਦੇਸ਼ ਲਾਗੂ ਕਰ ਦਿੱਤੇ ਗਏ ਨੇ। ਇਸੇ ਤਰ੍ਹਾਂ ਹੀ ਪ੍ਰਾਈਵੇਟ ਸਾਊਂਡ ਸਿਸਟਮ ਵਾਲਿਆਂ ਦੀ ਵੱਲੋਂ ਵੀ 7.5 dB ਦੀ ਆਵਾਜ਼ ਵੱਧ ਨਹੀਂ ਰੱਖੀ ਹੋਣੀ ਚਾਹੀਦੀ ਅਤੇ ਜੇਕਰ ਇਹਨਾਂ ਆਦੇਸ਼ਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਤੁਹਾਡਾ ਸਾਰਾ ਸਮਾਨ ਜ਼ਬਤ ਹੋ ਸਕਦਾ ਹੈ, ਜਿਨ੍ਹਾਂ ਦੇ ਨਾਲ
ਤੁਸੀਂ ਸਾਊਂਡ ਕ੍ਰੀਏਟ ਕਰ ਰਹੇ ਹੋ, ਰੋਲਾ ਪੈ ਰਿਹਾ ਜਿਸ ਦੇ ਨਾਲ ਉਹ ਤੁਹਾਡਾ ਸਾਰਾ ਸਮਾਨ ਜ਼ਬਤ ਹੋ ਸਕਦਾ ਹੈ। ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਬਿਲਡਿੰਗ ਜਾਂ ਕੈਂਪਸ ਦੀ ਚਾਰਦੀਵਾਰੀ ਤੋਂ ਬਾਹਰ ਆਵਾਜ਼ ਜੋ ਹੈ ਨਹੀਂ ਸੁਣਨੀ ਚਾਹੀਦੀ। ਆਦੇਸ਼ਾਂ ਦੇ ਵਿੱਚ ਇਹ ਤਾਂ ਕਹਿ ਦਿੱਤਾ ਗਿਆ ਕਿ ਜੋ ਤੁਹਾਡੇ ਵਾਹਨ ਨੇ, ਗੱਡੀਆਂ ਨੇ, ਉਹਨਾਂ ਦੇ ਵਿੱਚ ਮਿਊਜ਼ਿਕ ਸਿਸਟਮ ਦੀ ਆਵਾਜ਼ ਦਿਨ ਦੇ ਸਮੇਂ ਕਿਸੇ ਵੀ ਜੋ ਦਿਨ ਦੇ ਸਮੇਂ ਵੀ ਬਾਹਰ ਨਹੀਂ ਆਉਣੀ ਚਾਹੀਦੀ। ਜੋ ਵੀ ਤੁਹਾਡੇ ਵਹੀਕਲ ਨੇ, ਗੱਡੀਆਂ ਨੇ, ਉਹਨਾਂ ਦੇ ਵਿੱਚ ਜੇਕਰ ਤੁਸੀਂ ਸਾਊਂਡ ਸਿਸਟਮ ਲਗਾਇਆ ਤਾਂ ਉਸਦੀ ਆਵਾਜ਼ ਜੋ ਹੈ ਦਿਨ ਦੇ ਸਮੇਂ ਵੀ ਬਾਹਰ ਨਹੀਂ ਆਉਣੀ ਚਾਹੀਦੀ। ਇੱਕ ਹੋਰ ਅਜਿਹਾ ਜੋ ਆਦੇਸ਼ ਜਾਰੀ ਕੀਤਾ ਗਿਆ, ਕਮਿਸ਼ਨਰੇਟ ਪੁਲਿਸ ਨੂੰ ਅਧਿਕਾਰ ਖੇਤਰ ਦੇ ਵਿੱਚ ਸਾਰੇ ਰੈਸਟੋਰੈਂਟ, ਕਲੱਬ, ਬਾਰ, ਪੱਬ ਰਾਤ 11 ਵਜੇ ਤੋਂ ਬਾਅਦ ਸ਼ਰਾਬ ਪੀਣ ਅਤੇ ਰੋਟੀ ਖਾਣ ਵਾਲਿਆਂ ਦਾ ਆਰਡਰ ਨਹੀਂ ਲਿਆ ਜਾਏਗਾ। ਇਹ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਨੇ। ਕਮਿਸ਼ਨਰੇਟ ਪੁਲਿਸ ਨੂੰ ਕਹਿ ਦਿੱਤਾ ਗਿਆ ਕਿ ਰਾਤ 11 ਵਜੇ ਤੋਂ ਬਾਅਦ ਰੋਟੀ ਖਾਣ ਵਾਲਿਆਂ ਦਾ ਅਤੇ ਸ਼ਰਾਬ ਪੀਣ ਵਾਲਿਆਂ ਦਾ ਕੋਈ ਵੀ ਆਰਡਰ ਕਿਸੇ ਵੀ ਹੋਟਲ, ਰੈਸਟੋਰੈਂਟ, ਪੱਬ, ਬਾਰ ਦੇ ਵਿੱਚ ਨਹੀਂ ਲਿਆ ਜਾਏਗਾ। 11 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਗ੍ਰਾਹਕ ਨੂੰ ਰੈਸਟੋਰੈਂਟ ਦੇ ਵਿੱਚ, ਕਲੱਬ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾਏਗੀ। ਅਤੇ ਬਾਹਰ ਦੇ ਵਿੱਚ ਦਾਖਲ ਹੋਣ ਵਾਲਿਆਂ ਦੀ ਜੋ ਐਂਟਰੀ ਹੈ 11 ਵਜੇ ਤੋਂ ਬਾਅਦ ਬੰਦ ਕਰ ਦਿੱਤੀ ਗਈ ਹੈ। ਸਾਰੇ ਰੈਸਟੋਰੈਂਟ, ਕਲੱਬ, ਬਾਰ, ਪੱਬ ਅਤੇ ਹੋਰ ਜਿੰਨੇ ਵੀ ਖਾਣ ਪੀਣ ਵਾਲੇ ਅਤੇ ਹੋਰ ਜੋ ਅੱਧੀ ਰਾਤ ਨੂੰ ਸ਼ਰਾਬ ਦੇ ਜੋ ਅਹਾਤੇ ਖੁੱਲ੍ਹੇ ਹੁੰਦੇ ਨੇ 12 ਵਜੇ ਪੂਰਨ ਤੌਰ 'ਤੇ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ। ਨਵੇਂ ਹੁਕਮ ਜਾਰੀ ਕੀਤੇ ਗਏ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਦਿਨੋਂ ਦਿਨ ਜੋ ਅਪਰਾਧਿਕ ਗਤੀਵਿਧੀਆਂ ਵੀ ਵੱਧਦੀਆਂ ਜਾ ਰਹੀਆਂ ਨੇ, ਲੜਾਈ ਝਗੜੇ ਹੁੰਦੇ ਨੇ, ਜੋ ਧੁਨੀ ਪ੍ਰਦੂਸ਼ਣ ਪੈਦਾ ਹੋ ਰਿਹਾ, ਉਹ ਸਾਰੇ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਠੱਲ ਪਾਉਣ ਦੇ ਲਈ ਅਜਿਹਾ ਫੈਸਲਾ ਲਿਆ ਗਿਆ। ਹੁਣ ਰਾਤ 10 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਤੁਸੀਂ ਡੀਜੇ ਨਹੀਂ ਵਜਾ ਸਕੋਗੇ। ਰੈਸਟੋਰੈਂਟ, ਪੱਬ, ਬਾਰ ਅਤੇ ਹੋਰ ਜਿੰਨੇ ਵੀ ਰੋਟੀ ਖਾਣ ਵਾਲੇ, ਡਾਂਸ ਵਾਲੇ ਕਲੱਬ ਜਿੰਨੇ ਵੀ ਨੇ, 12 ਵਜੇ ਪੂਰਨ ਤੌਰ 'ਤੇ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ। ਅਤੇ ਰਾਤ 11 ਵਜੇ ਤੋਂ ਬਾਅਦ ਕੋਈ ਨਵਾਂ ਕਸਟਮਰ ਵੀ ਨਹੀਂ ਐਂਟਰ ਹੋਣ ਦਿੱਤਾ ਜਾਏਗਾ। ਅਤੇ 12 ਵਜੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿ 12 ਵਜੇ ਬੰਦ ਹੋਣਗੇ। ਈਵਨ ਇੱਥੋਂ ਤੱਕ ਕਿ ਦਿਨ ਦੇ ਸਮੇਂ ਦੇ ਵਿੱਚ ਜੇਕਰ ਤੁਸੀਂ ਆਪਣੇ ਵਾਹਨਾਂ ਦੇ ਵਿੱਚ, ਗੱਡੀਆਂ ਦੇ ਵਿੱਚ ਐਂਪ ਰਖਵਾਏ ਹੋਏ ਨੇ, ਮਿਊਜ਼ਿਕ ਸਿਸਟਮ ਵੱਡੇ ਰਖਵਾਏ ਹੋਏ ਨੇ, ਤਾਂ ਇਹ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਕਿ ਜਲੰਧਰ ਦੇ ਵਿੱਚ ਤੁਹਾਡੇ ਮਿਊਜ਼ਿਕ ਸਿਸਟਮ ਦੀ ਆਵਾਜ਼ ਤੁਹਾਡੀ ਗੱਡੀ ਤੋਂ ਬਾਹਰ ਨਹੀਂ ਆਉਣੀ ਚਾਹੀਦੀ। ਜੇਕਰ ਅਜਿਹਾ ਕੀਤਾ ਗਿਆ, ਜੇਕਰ ਜੇ ਜੋ ਆਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਦੀ ਉਲੰਘਣਾ ਕੀਤੀ ਗਈ ਤਾਂ ਸਖ਼ਤ ਕਾਨੂੰਨੀ ਕਾਰਵਾਈ ਹੋਏਗੀ। ਇੱਥੋਂ ਤੱਕ ਕਿ ਤੁਹਾਡਾ ਸਮਾਨ ਵੀ ਜ਼ਬਤ ਕੀਤਾ ਜਾ ਸਕਦਾ ਹੈ। ਜੇਕਰ ਹੁਣ ਡੀਜੇ 'ਤੇ ਤੁਸੀਂ ਭੰਗੜਾ ਪਾਉਣਾ ਤਾਂ 10 ਵਜੇ ਤੋਂ ਬਾਅਦ ਭੰਗੜਾ ਨਹੀਂ ਪਾ ਸਕਦੇ। 10 ਵਜੇ ਤੱਕ ਹੀ ਤੁਸੀਂ ਮੈਰਿਜ ਪੈਲਸਾਂ ਦੇ ਵਿੱਚ, ਘਰਾਂ ਦੇ ਵਿੱਚ ਜੋ ਆਵਾਜ਼ ਹੈ ਡੀਜੇ ਦੀ, ਘਰਾਂ ਦੇ ਵਿੱਚ ਜੇਕਰ ਕੋਈ ਪ੍ਰੋਗਰਾਮ ਹੈ ਤਾਂ ਤੁਸੀਂ ਆਵਾਜ਼ 10 ਵਜੇ ਤੱਕ ਹੀ ਛੱਡ ਸਕਦੇ ਹੋ। ਉਸ ਤੋਂ ਬਾਅਦ ਧੁਨੀ ਪ੍ਰਦੂਸ਼ਣ ਫੈਲਾਉਣ ਵਾਲੀਆਂ ਸਾਰੀਆਂ ਚੀਜ਼ਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਜਲੰਧਰ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ।